ਹਾਂਜੀ ਸਲਾਮ ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਅੰਜਮ ਗਿੱਲ ਔਰ ਅੱਜ ਸਾਡਾ ਬਹਿਰੀਨ ਦੇ ਵਿੱਚ ਤੀਜਾ ਦਿਨ ਹੈ ਅਤੇ ਹੁਣ ਹੀ ਨਿਕਲੇ ਹਾਂ, ਦੁਪਹਿਰ ਦਾ ਟਾਈਮ ਇੱਥੇ, ਅਤੇ ਅੱਜ ਵੇਖਦੇ ਹਾਂ ਕਿਹੜੀ ਕਿਹੜੀ ਜਗ੍ਹਾ ਜਾਂਦੇ ਹਾਂ, ਸੋ ਤੁਹਾਡੇ ਨਾਲ ਉਹ ਜਗ੍ਹਾ ਸਾਂਝੀ ਕਰਾਂਗੇ, ਸੋ ਜੁੜੇ ਰਹੋ ਜੀ ਸਾਡੇ ਨਾਲ। ਸਾਈਕਲ ਵਾਲਾ ਜਵਾਨ ਆ ਗਿਆ। ਇਹ ਹੂਰਾ ਏਰੀਆ ਜੀ ਬਹਿਰੀਨ ਦਾ, ਬਹਿਰੀਨ ਦੇ ਵਿੱਚ ਸੀਫ ਮੌਲ ਆ ਗਏ, ਮੌਲ ਦਿਖਾਉਂਦੇ ਤੁਹਾਨੂੰ, ਉਸ ਤੋਂ ਬਾਅਦ ਫਿਰ ਅਲੀ ਮੌਲ ਉੱਥੇ ਜਾਵਾਂਗੇ, ਅਤੇ ਉਸ ਤੋਂ ਬਾਅਦ ਨਾਲ ਹੀ ਆਪਣੇ ਜਿਹੜੇ ਦੋਸਤ ਸੁਖਵਿੰਦਰ ਸਿੰਘ ਉਹਨਾਂ ਦਾ ਹੋਟਲ ਹੈ, ਫਿਰ ਉੱਥੇ ਜਾਵਾਂਗੇ, ਅਤੇ ਉਸ ਤੋਂ ਬਾਅਦ ਕਿੱਥੇ ਜਾਵਾਂਗੇ ਉਹ ਵੀ ਫਿਰ ਵੀਡੀਓ ਸਾਂਝੀ ਕਰਦੇ। ਗਜ਼ਰ ਸਾਹਿਬ ਨੇ ਕਰਨੀ ਹੈ ਸ਼ੋਪਿੰਗ, ਚੈੱਕ ਕਰ ਰਹੇ ਨੇ ਵੀ ਪਾਕਿਸਤਾਨ ਦਾ ਅਤੇ ਇੱਥੋਂ ਦਾ ਰੇਟ ਦਾ ਕਿੰਨਾ ਫਰਕ ਹੈ, ਅਤੇ ਜਿਹੜੇ ਬ੍ਰਾਂਡ ਨੇ ਤਕਰੀਬਨ ਸਰ ਉਹਨਾਂ ਰੇਟ ਤੋਂ ਉਨਾ ਕੀ ਹੁੰਦਾ, ਉਹ ਕੁਝ ਜ਼ਿਆਦਾ ਫਰਕ ਨਹੀਂ ਹੁੰਦਾ ਉਹਨਾਂ ਦਾ? ਬ੍ਰਾਂਡ ਦਾ ਤਾਂ ਕੁਛ ਇੰਟਰਨੈਸ਼ਨਲੀ ਵੀ ਹੁੰਦਾ ਹੈ ਨਾ, ਉਹਨਾਂ ਦੇ ਰੇਟਸ ਦਾ ਸਾਰਾ ਕੁਛ ਨਾ ਉਹ ਚੱਲਦੇ ਆਉਂਦਾ। ਐਕਸਚੇਂਜ ਅਤੇ ਇਸ ਤੋਂ ਬਾਅਦ ਫਿਰ ਇੱਥੋਂ ਨਿਕਲ ਕੇ ਅਲੀ ਮੌਲ ਜਾਵਾਂਗੇ, ਅਤੇ ਇਸ ਤੋਂ ਫਿਰ ਅੱਗੇ ਲਓ ਜੀ ਹੁਣ ਅਸੀਂ ਜਾਣਾ ਇੱਥੋਂ ਸਾਹਮਣੇ, ਇਹ ਅਲੀ ਮੌਲ ਹੈ, ਇੱਥੋਂ ਕੁਝ ਵੇਖਾਂਗੇ ਅਤੇ ਫਿਰ ਅਸੀਂ ਜਾਵਾਂਗੇ ਅਲੀ ਸਾਹਿਬ। ਲਓ ਜੀ ਅਸੀਂ ਅਲੀ ਮੌਲ ਦੇ ਅੰਦਰ ਇੰਟਰ ਹੋ ਗਏ, ਟ੍ਰੈਡੀਸ਼ਨਲ ਜਿਹਾ ਵਿਊ ਹੈ ਇਸ ਮੌਲ ਦਾ। ਫਿਸ਼ ਦਾ ਔਰ ਇੱਕ ਪੀਜ਼ਾ ਦਾ ਪਾ ਲਿਆ, ਔਰ ਇਹ ਮੈਨੂੰ ਸਮਝ ਨਹੀਂ ਆ ਰਹੀ, ਇਹ ਹਲਕਾ ਜਿਹਾ ਮੈਨੂੰ ਬੀਫ ਲੱਗਦਾ ਅਤੇ ਇਹ ਮੈਂ। ਬਸ ਵਧੀਆ ਜੀ, ਪਰ ਇੰਨਾ ਖਾਣਾ ਨਹੀਂ ਮੈਨੂੰ ਲੱਗਦਾ, ਰਜ਼ਾ ਸਾਹਿਬ ਨੇ ਕਿਹਾ ਥੋੜ੍ਹਾ ਥੋੜ੍ਹਾ ਚੈੱਕ ਕਰ ਲਓ, ਚਲੋ ਅਤੇ ਆਪਾਂ ਖਾ ਟਰਾਈ ਕਰਨੇ ਆ ਫਿਰ ਦੱਸਣੇ ਮੈਂ ਕੀ ਹੈ। ਚਲੋ ਟਰਾਈ ਕਰੋ। ਖਾਣਾ ਬੜਾ ਦਾਅਵਾ ਸੀ ਬਾਜੀ ਉਹਨਾਂ ਦਾ, ਅਤੇ ਉਸ ਬੜੇ ਦਾਅਵੇ ਤੋਂ ਵੀ ਟੇਸਟੀ ਹੈ ਖਾਣਾ, ਖਾਸ ਕਰ ਇਹਦੇ ਅੰਦਰ ਜਿਹੜਾ ਬੀਫ ਸੀ ਲਿਟਰਲੀ ਕਮਾਲ ਸੀ, ਬਾਕੀ ਚੀਜ਼ਾਂ ਵੀ ਬਹੁਤ ਕਮਾਲ ਸੀ, ਲੇਕਿਨ ਬੀਫ ਆਹਾ ਹਾ ਹਾ। ਚਲੋ ਇਹੀ ਫਿਰ ਬਣਾਉਣਾ ਜਾਣਦੇ ਨੇ, ਸਾਨੂੰ ਬੀਫ ਬਣਾਉਣ ਦਾ ਨਹੀਂ ਪਤਾ। ਸਾਡਾ ਚੈਫ ਜਿਹੜਾ ਇਹ ਇਜਿਪਸ਼ੀਅਨ ਆ, ਹਾਂ ਹਾਂ, ਉਹ ਬਹੁਤ ਵਧੀਆ ਕੁੱਕ ਕਰਦਾ, ਅਤੇ ਆਪਾਂ ਤਾਂ ਚਲੋ ਬੀਫ ਬੂਫ ਤਾਂ ਨਹੀਂ ਖਾਂਦੇ ਨਾ। ਜੀ ਤੁਸੀਂ ਨਹੀਂ ਖਾਇਆ? ਜੀ ਜੀ ਉਹ ਤੁਸੀਂ ਨਹੀਂ ਖਾਂਦੇ, ਲੇਕਿਨ ਉਹ ਕੁਕਿੰਗ ਵਾਸਤੇ ਉਹਨਾਂ ਦੇ, ਕਿਉਂਕਿ ਇਜਿਪਸ਼ੀਅਨ ਹੋਣ ਕਰਕੇ ਉਹਨਾਂ ਨੂੰ ਪਤਾ ਹੈ ਵੀ ਯਾਰ ਵੀ ਕੁੱਕ ਕਿੱਦਾਂ ਕੁੱਕ ਕਰਦੇ ਹਾਂ, ਇਸ ਕਰਕੇ ਬੀਫ ਦਾ ਟੇਸਟ ਜਿਹੜਾ। ਜੀ ਜੀ ਉਹ ਵਾਕਿਆ ਹੈ, ਜਿੱਦਾਂ ਤੁਸੀਂ ਕਹਿੰਦੇ ਕਿ ਸਾਰੇ ਲੋਕ ਬਹੁਤ ਪਸੰਦ ਕਰਦੇ ਹੋ। ਹਾਂ ਹਾਂ, ਠੀਕ ਹੈ ਜੀ। ਔਰ ਅੱਛਾ ਸੀ, ਅੱਛਾ ਸੀ, ਤੁਰਕਿਸ਼ ਮਤਲਬ ਕੁਛ ਫੂਡ ਖਿਲਾਇਆ, ਹਾਂ ਉਹਦੇ ਵੀ ਸਪੈਸ਼ਲ ਚੇਫ ਹੈ ਸਾਡੇ ਕੋਲ, ਮਰਾਕੋ ਤੋਂ ਕੁੜੀ ਉਹ ਕੁੱਕ ਕਰਦੇ। ਬਹੁਤ ਅੱਛਾ ਜੀ, ਜਿੰਝ ਕਹਿ ਰਹੇ ਹਾਂ ਉਸ ਤੋਂ ਵੀ ਵੱਧ ਕੇ। ਜੀ ਦੁਬਈ ਸੋਰੀ ਇੱਥੋਂ ਦੇ ਬਹਿਰੀਨ ਦੇ ਪਿੰਡ। ਲਓ ਜੀ ਪਿੰਡਾਂ ਦੇ ਅੰਦਰ ਵੀ ਇਹ ਹਾਲ, ਫੁੱਟਬਾਲ ਬਹੁਤ ਖੇਡਦੇ ਲੋਕ। ਬਿਲਕੁਲ ਜੀ, ਇਹਨਾਂ ਦੀ ਫੇਵਰੇਟ ਗੇਮ ਹੈ ਬੱਚਿਆਂ ਦੀ ਇੱਥੇ ਫੁੱਟਬਾਲ।
ਅੱਛਾ ਫੇਵਰੇਟ ਗੇਟ ਵਸਦਿਆਂ ਦੀ ਨਾ ਹਰ ਚੀਜ਼ ਤੋਂ ਲੱਗਦਾ ਹੈ ਕਿ ਬਈ ਉਹ ਵਸਦੇ ਹਾਂ ਇਸ ਲਈ ਨਾ ਉਹਨਾਂ ਦੇ ਸ਼ਹਿਰ ਤੇ ਸ਼ਹਿਰ ਹੈ ਨਾ ਉਹਨਾਂ ਦੇ ਪਿੰਡ ਵੀ ਜਿਹੜੇ ਨੇ ਉਹ ਵੀ ਕਲਾਸ ਦੇ ਬਿਲਕੁਲ ਬਿਲਕੁਲ ਆ ਪੂਰੇ ਏਅਰਪੋਰਟ ਦੀ ਕੰਧ ਆ ਗਈ ਉਹ ਪਲੇਨ ਖੜਾ ਦੀ ਉਹਦੀ ਪੂਛ ਹੈ ਹਾਂ ਹਾਂ ਪੂਛ ਦੀਦੀ ਹੈ ਜੀ ਜਹਾਜ਼ ਦੀ ਹਾਂ ਜੇ ਆਪਣਾ ਡੀ ਐਚ ਐਲ ਵਾਲਿਆਂ ਵੀ ਆ ਡੀ ਐਚ ਐਲ DHLL ਵੀ ਕਿਤਨੇ ਖੁਸ਼ਕਿਸਮਤ ਹਨ ਕਿ ਬਿਨਾਂ ਉਹਨਾਂ ਦੇ ਕਹੇ ਅਸੀਂ ਉਹਨਾਂ ਦੀ ਪ੍ਰਮੋਸ਼ਨ ਕਰ ਰਹੇ ਹਾਂ ਬਿਲਕੁਲ ਜੀ ਪੂਛ ਨੂੰ ਉਹਨਾਂ ਨੂੰ ਹੱਥ ਲਾ ਕੇ ਮੋੜਨਾ ਕਾਰਗੋ ਸੈਕਸ਼ਨ ਹੈ ਫੈਡਐਕਸ DHL ਦੇ ਐਰਬੀਆਂ ਦੇ ਘਰ ਨੇ ਜੀ ਬਿਲਕੁਲ ਜੀ ਬਿਲਕੁਲ ਲੋਕਲ ਬੰਦੇ ਦੇ ਘਰ ਹੈ ਇੱਥੇ ਕੁਛ ਉਹਨਾਂ ਨੇ ਕਿਰਾਇਆ ਤੇ ਦਿੱਤੇ ਉਹ ਕੁਛ ਆਪ ਰਹਿੰਦੇ ਆ ਹਿੰਦੀ ਵੀ ਆਉਂਦੀ ਹੈ ਜੀ ਦੂਸਰਾ ਆਦਮੀ ਬਾਤ ਕਰੇਗਾ ਹਿੰਦੀ ਹਮ ਸੁਣਾ ਬਾਅਦ ਮੇ ਹਮ ਸਮਝਾ ਹਿੰਦੀ ਹਾਂ ਹਿੰਦੀ 8-9 ਪਾਕਿਸਤਾਨੀ ਦੇ ਅੰਦਰ ਕੰਮ ਕਰਦੇ ਆ ਜੀ ਆ ਵੀ ਓਨਲੀ 2 ਮਿੰਟ ਭਾਈ ਤੁਸੀਂ ਸਿਖਾ ਦਿਓ ਨਾ ਪੰਜਾਬੀ ਸਿਖਾ ਦਿਓ ਇਹ ਮੌਲ ਜਿਆਦਾ ਚਾਈਨੀਜ਼ ਦਾ ਸ਼ਕੀਨ ਹੈ ਜੀ ਅੱਛਾ ਅੱਛਾ ਲਓ ਜੀ ਬਾਜ਼ ਲੈ ਕੇ ਆਏ ਦਿਖਾਉਣ ਵਾਸਤੇ ਬਾਜ਼ ਦਾ ਫਿਰ ਜਿਸ ਤਰ੍ਹਾਂ ਹਮਾਰੇ ਯਹਾਂ ਜੈਸੇ ਸ਼ੌਕ ਹੋਤਾ ਹੈ ਦੂਸਰੇ ਪਰਿੰਦੇ ਪਾਲਤੇ ਆਪ ਬਾਜ਼ ਪਾਲਤੇ ਤਿੱਤਰ ਪਟੇਰੇ ਵੀ ਪਾਲਦੇ ਨੇ ਯਾਨੀ ਕੁੱਕੜ ਕੁੱਕੜ ਵੀ ਪਾਲਦੇ ਘਰ ਭਰਿਆ ਕਬੂਤਰ ਕਬੂਤਰ ਹੈ ਕਬੂਤਰ ਹੈ ਅੱਛਾ ਬੜੀ ਇੰਟਰਸਟਿੰਗ ਗੱਲ ਹੈ ਕਿ ਇਹ ਦੱਸ ਰਹੇ ਨੇ ਕਿ ਪਾਕਿਸਤਾਨ ਤੋਂ ਇਹਨਾਂ ਨੇ ਕਬੂਤਰ ਮੰਗਵਾਏ ਨੇ ਔਰ ਸਾਹਮਣੇ ਇਹਨਾਂ ਦੇ ਘਰ ਦੇ ਵਿੱਚ ਦਿਖਾ ਵੀ ਰਹੇ ਨੇ ਕਿ ਉਹ ਕਬੂਤਰ ਜਿਹੜੇ ਹਨ ਸਾਡੇ ਕੋਲ ਹੈ ਅਤੇ ਮੈਂ ਪੁੱਛ ਰਹੀ ਸੀ ਕਿ ਪਾਕਿਸਤਾਨ ਤੋਂ ਫਿਰ ਕਬੂਤਰ ਕਿਸ ਤਰ੍ਹਾਂ ਮੰਗਵਾਏ ਤੋ ਕੈਸੇ ਕਬੂਤਰ ਵਾਂ ਸੇ ਆਇਆ ਇਨਸੇ ਜ਼ਰਾ ਕਰੇ ਬਾਤ ਕਿਸ ਤਰ੍ਹਾਂ ਮੰਗਵਾਤੇ ਹੈ ਕਬੂਤਰ ਇੱਕ ਆਦਮੀ ਇੱਧਰ ਪਾਕਿਸਤਾਨੀ ਕੰਮ ਕਰੇਗਾ ਬਾਹਰੇ ਵਿਕੇਸ਼ਨ ਜਾਏਗਾ ਇਹ ਪਾਕਿਸਤਾਨ ਛੁੱਟੀਆਂ ਤੇ ਜਾਏਗਾ ਬਿਲਕੁਲ ਹਾਂ ਲਏਗਾ ਅੰਡਾ ਲਏਗਾ ਅੰਡਾ ਬਾਹਰੇ ਕਬੂਤਰ ਹੈ ਅੰਡਾ ਨਿਕਾਲੇਗਾ ਫਰੋਮ ਇੱਧਰ ਦੂਸਰਾ ਅੰਡਾ ਫਰੋਮ ਪਾਕਿਸਤਾਨ ਰੱਖੇਗਾ ਇੱਧਰ ਪਾਕਿਸਤਾਨ ਆਏਗਾ ਬਾਅਦ ਕਬੂਤਰ ਕਬੂਤਰ ਅੰਡੇ ਬਦਲੀ ਕਰਕੇ ਕਬੂਤਰ ਨੂੰ ਕੱਢ ਰੱਖੇਗਾ
इनसे पूछे कौन सी नस्ल कोई है कबूतरों को खास है अभी लाएगा दो हाँ हाँ लेने गया हाँ। अच्छा 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 तो लगाते हैं को बेट्स वगैरह इसको जिसका कबूतर ज्यादा देर ऊपर रहेगा अभी जाएगा ऊपर देखो वो ऊपर रहेगा वो हाँ। जीतेगा अभी हाँ। क्या सेम ही वो कल्चर है तो सेम है फिर वो परिंदा वो भी उड़ान आड़ा सारा कुछ सेम सेम अभी जाएगा तुम देखा सेम शक्ल सेम चार पाँच घंटे ऊपर उसकी उड़ाई है उड़ता रहेगा बिल्कुल हम साढ़े उत्थे तुसी देखो तो इस तू भी ज्यादा जोड़ा है उड़ते गर्मिया के उन्होंने बल्कि मुकाबले की कबूतरबाजी जो कबूतरबाज ने कई शहर भी जोड़े साडे बड़े व्डे व्डे वो भी कबूतरबाज रहे ਕਬੂਤਰਬਾਜ਼ੀ ਇਟਸ ਮੀਨ ਕਿ ਇੰਟਰਨੈਸ਼ਨਲ ਇੱਕ ਜਿਹੜਾ ਤੁਸੀਂ ਕਹਿ ਲਓ ਪਰਿੰਦਿਆਂ ਦਾ ਕਰੇਜ਼ ਇਨਸਾਨ ਨੂੰ ਰਿਹਾ ਵਾ ਕਿਉਂਕਿ ਉਹ ਸਾਹ ਲੈਂਦੀ ਚੀਜ਼ ਨੂੰ ਉਸਨੇ ਪਿਆਰ ਕੀਤਾ ਅਤੇ ਮੈਂ ਵੀ ਰੱਖੀਆਂ ਚਿੜੀਆਂ ਥੋੜ੍ਹਾ ਚਿਰ ਮਰ ਗਈਆਂ ਤਾਂ ਮੈਂ ਗੱਡੀ 'ਚ ਕਰ ਦਿੱਤੀ ਹਾਂ ਜਿਹੜੀਆਂ ਚਿੜੀਆਂ ਹਰੀਆਂ ਕਾਲੀਆਂ ਹਾਂ ਉਹ ਕਬੂਤਰਾਂ ਦੇ ਸ਼ੌਕੀਨ ਹਨ ਬਾਜੀ ਦੀ ਚਿੜੀਆਂ ਦੇ ਸ਼ੌਕੀਨ ਚਲੋ ਲਿਆਂਦੇ ਨੇ ਕਬੂਤਰ ਜੀ ਤੁਹਾਨੂੰ ਦਿਖਾਉਂਦੇ ਆ ਲੈਣ ਗਏ ਆਪਾਂ ਪਹੁੰਚ ਚੁੱਕੇ ਇਸ ਟਾਈਮ ਬਹਿਰੀਨ ਦੇ ਜਿਹੜੇ ਪਿੰਡ ਨੇ ਉੱਥੇ ਨਾਲ ਸੁਖਵਿੰਦਰ ਭਾਜੀ ਨੇ ਤੇ ਇਹਨਾਂ ਦੇ ਦੋਸਤ ਨੇ ਜੀ ਸਮੀ ਸਾਮੀ ਇਹ ਇੱਥੋਂ ਦੇ ਲੋਕਲ ਨੇ ਬਹਿਰੀਨ ਦੇ ਬਾਜਾਂ ਦੇ ਸ਼ੌਕੀਨ ਹੈ ਬਲਕਿ ਕੁੱਕੜਾਂ ਦੇ ਵੀ ਸ਼ੌਕੀਨ ਹੈ ਕਬੂਤਰਾਂ ਦੇ ਵੀ ਸ਼ੌਕੀਨ ਜਿਹੜੇ ਆਪਣੇ ਉੱਥੇ ਪੰਜਾਬ 'ਚ ਪਿੰਡਾਂ ਦੇ ਵਿੱਚ ਲੋਕ ਜਿਵੇਂ ਸ਼ੌਕੀਨ ਹੁੰਦੇ ਨੇ ਚਿੜੀ ਮਾਰਿਆ ਵੀ ਇਸ ਤਰ੍ਹਾਂ ਚਿੜੀ ਮਾਰ ਕਹਿੰਦੇ ਹੋ ਭਾਜੀ ਕਹਿੰਦੇ ਨੇ ਚਿੜੀ ਮਾਰੇ ਕਹੀਦਾ ਜਿਹੜੇ ਉੱਥੇ ਸ਼ਿਕਾਰੀ ਆ ਉਹਨਾਂ ਨੂੰ ਅੱਛਾ ਅੱਛਾ ਨਹੀਂ ਇਹ ਤਾਂ ਫਿਰ ਸ਼ੌਕ ਨਾਲ ਰੱਖੇ ਨਾ ਸ਼ੌਕ ਨਾਲ ਰੱਖੇ ਬਿਲਕੁਲ ਸ਼ੌਕ ਬੜਾ ਸ਼ੌਕ ਹੈ ਹਾਂ ਇੱਕ ਭਾਜੀ ਇਹਨਾਂ ਨੇ ਵੀ ਜਦੋਂ ਇਹਨਾਂ ਦਾ ਛੁੱਟੀ ਲੈਂਦੇ ਨੇ ਇਹ ਭਾਜੀ ਹੋਰਾਂ ਦਾ ਕੰਮ ਕਰਦੇ ਨੇ ਅਤੇ ਛੁੱਟੀ ਲੈਂਦੇ ਫਿਰ ਸ਼ਿਕਾਰ 'ਤੇ ਨਿਕਲ ਜਾਂਦੇ ਨੇ ਅਤੇ ਹਿੰਦੀ ਵੀ ਆਉਂਦੀ ਇਹਨਾਂ ਨੂੰ ਪੰਜਾਬੀ ਵੀ ਥੋੜ੍ਹੀ ਥੋੜ੍ਹੀ ਬੋਲਦੇ ਨੇ ਅਤੇ ਹੋਰ ਪਾਕਿਸਤਾਨ ਆਏ ਲਾਜ਼ਮ ਆਏਗਾ ਚਲੋ ਆਪਕਾ ਵੇਟ ਕਰੇਂਗੇ ਅੱਛਾ ਆਪਕਾ ਯੇ ਮੁਲਕ ਬਹੁਤ ਅੱਛਾ ਲਾਜ਼ਮ ਮੰਤਾ ਮੁਰਗੀ ਪਾਕਿਸਤਾਨ ਮੁਰਗੀ ਮੁਰਗਾ ਆਪਕੋ ਦੇਂਗੇ ਅੱਛੇ ਵਾਲਾ ਕਿਹੜੀ ਮੁਰਗੀ ਹੋਏ ਕਿਹੜੇ ਵਾਲਾ ਦਿਓਗੇ ਸੀਲ ਹਾਂ ਹਾਂ ਆਪਣੇ ਕੋਲ ਬਹੁਤ ਹੈ ਇਹਨੂੰ ਪੁੱਛ ਮੁਰਗੀ ਕਿਹੜੀ ਚਾਹੀਦੀ ਹੋਏ ਹਾਂ ਸਲੈਨ ਉਰਾ ਰੱਖੇ ਹਾਂ ਓਏ ਤਾਂ ਮੁਰਗੀ ਕਿਹੜੀ ਚਾਹੀਦੀ ਹੈ ਕਿਹੜੀ ਚਾਹੀਦੀ ਸਮਝ ਨਹੀਂ ਕੌਣ ਸਾ ਮੁਰਗੀ ਚਾਹੀਏ ਪਾਕਿਸਤਾਨ ਮੁਰਗਾ 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 ਜਾਂ ਮੁਰਗੀ 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 ਚਾਹੀਏ ਮਿਲ ਜਾਏਗਾ ਮਿਲ ਜਾਏਗਾ ਇਹ ਕੀ ਚੀਜ਼ ਹੈ ਲਓ ਜੀ ਇੱਥੋਂ ਹੋ ਰਿਹਾ ਪਿੰਡੋ ਤੇ ਵਾਪਸੀ ਹੁਣ ਘਰ ਨੂੰ ਚੱਲ ਗਏ ਹਾਂ ਹੈ ਉਹ ਖਾਣਾ ਬਣਾ ਰਿਹਾ ਸਾਮੀ ਨਹੀਂ ਹੱਥ ਲਾ ਰਿਹਾ ਸਾਮੀ ਅਰਬੀਆਂ ਦੇ ਡੇਰੇ ਤੋਂ ਲਓ ਬੇਲੀਓ ਅਰਬੀਆਂ ਦਾ ਡੇਰਾ ਵੀ ਵਿਜ਼ਿਟ ਕਰ ਲਿਆ
ਤੇ ਹੁਣ ਫਿਰ ਚੱਲੇ ਹਾਂ, ਗੱਲਬਾਤ ਵੀ ਤੁਹਾਡੇ ਨਾਲ ਸਾਰੀ ਸਾਂਝੀ ਹੋ ਗਈ। ਕੋਸ਼ਿਸ਼ ਕੀਤੀ ਕਿ ਜਾਣਿਆ ਜਾਵੇ ਬਿਲਕੁਲ ਕੀ ਕਲਚਰ ਹੈ, ਕੀ ਗੱਲਬਾਤ ਦਾ ਢੰਗ ਹੈ। ਅਤੇ ਹੁਣ ਨਿਕਲਦੇ ਹਾਂ ਫਿਰ ਵਾਪਸੀ ਬਹਿਰੀਨ ਸ਼ਹਿਰ ਲਈ। ਅਤੇ ਅਸੀਂ ਕੋਈ ਜ਼ਿਆਦਾ ਦੂਰ ਨਹੀਂ ਹਾਂ ਬਹਿਰੀਨ ਸ਼ਹਿਰ ਤੋਂ। ਹਾਂ ਮਨਾਮਾ ਤੋਂ, ਅਤੇ ਕੋਈ ਵੱਡਾ ਕੰਟਰੀ ਵੀ ਨਹੀਂ ਹੈ ਬਹਿਰੀਨ ਜਿਹੜਾ, ਇੱਕ ਬਹੁਤ ਵੱਡਾ ਕੰਟਰੀ ਨਹੀਂ ਹੈ। ਕੁਛ ਕਰ ਲਿਆ, ਹਾਲ ਉਹਨਾਂ ਦਾ ਵੀ ਬੁਰਾ ਸੀ। ਉਹਨਾਂ ਦੇ ਵੀ ਜਿਹੜਾ ਬਲੋਚ ਫੈਕਟਰ ਹੈ ਨਾ, ਉਸ ਨੇ ਗੱਲਬਾਤ ਇੰਜ ਪਾਇਆ ਕਿ ਸਿੰਧੀਆਂ ਦਾ ਗੁਰੂ ਵੀ ਖਤਮ ਹੋ ਗਿਆ। ਸਿੰਧੀ ਬਚਦਾ ਸਿਰਫ ਲੈਂਗੁਏਜ ਦੀ ਬੇਸ 'ਤੇ ਬਚਦਾ, ਅਦਰਵਾਈਜ਼ ਜਿਹੜੀ ਸਿੰਧ ਦੀ ਡੈਮੋਗ੍ਰਾਫੀ ਇਸ ਕੰਟਰੀ ਦੇ ਅੰਦਰ ਇਸ ਤਰੀਕੇ ਦੇ ਨਾਲ ਮਤਲਬ ਤੁਸੀਂ ਜ਼ੁਲਮ ਦੀ ਇੰਤਹਾ ਕਰ ਦਿੱਤੀ ਹੈ ਕਿ ਕੌਮ ਦਾ ਸਦੀਆਂ ਪੁਰਾਣੀ ਇੱਕ ਲੈਂਡ ਹੈ ਔਰ ਉਹਦੇ ਅੰਦਰ ਤੁਸੀਂ ਖੋਕ ਦਿੱਤਾ ਹੈ, ਇੰਨਾ ਕੁ ਪੋਰਸ਼ਨ ਤੁਸੀਂ ਫਲਾਣੇ ਨੂੰ ਵੰਡ ਦਿੱਤਾ, ਇੰਨਾ ਕੁ ਫਲਾਣੇ ਨੂੰ ਵੰਡ ਦਿੱਤਾ, ਜਿਹੜੇ ਅਸਲ ਵਾਰਿਸ ਹੈ ਉਹਨਾਂ ਦੇ ਕੋਲ ਕੁਛ ਬਚਦਾ ਹੀ ਨਹੀਂ। ਹੁਣ ਇੱਥੇ ਆਪਾਂ ਬੈਠੇ ਹਾਂ ਬਹਿਰੀਨ ਦੇ ਅੰਦਰ, ਇਹ ਬਹਿਰੀਨ ਸ਼ੇਖਾਂ ਦਾ ਕੰਟਰੀ ਰਹੇ, ਉਹਨਾਂ ਦੀ ਪਾਪੂਲੇਸ਼ਨ ਚਾਹੇ 10% ਵੀ ਹੈ, ਬਾਕੀ ਸਾਰੇ ਦੂਜੇ ਹੀ ਹੈ। ਔਰ ਦੁਨੀਆ ਜਾਣਦਾ ਅਸੂਲ ਵੀ ਹੈ, ਅੱਜ ਵੀ ਤੁਸੀਂ ਜਿਸ ਕਰਦੇ ਇਰਾਨ ਇਰਾਨੀਆਂ ਦਾ ਹੀ ਰਹਿ ਗਿਆ, ਇਰਾਕ ਇਰਾਕੀਆਂ ਦਾ ਹੀ ਰਹਿ ਗਿਆ, ਬਲੋਚਿਸਤਾਨ ਬਲੋਚਾਂ ਦਾ ਹੀ ਰਹੇਗਾ, ਪੰਜਾਬ ਪੰਜਾਬੀਆਂ ਦਾ ਹੀ ਰਹੇਗਾ। ਭਲੇ ਉਹਦੇ ਅੰਦਰ ਹੁਣ ਇਸ ਵੇਲੇ ਕੋਈ ਤੁਹਾਡਾ 40% ਮਾਰਕੀਟ ਦਾ ਉਹ ਤੁਹਾਡੇ ਲਾਹੌਰ ਦੀ ਪਠਾਨ ਖਰੀਦ ਚੁੱਕਾ ਬਿਲਕੁਲ, ਔਰ ਉਹ ਬਿਲਾ ਸ਼ਿਰਕਤ ਤੇ ਕਰ ਰਹੇ, ਤੁਹਾਨੂੰ ਡੰਡੇ ਵੀ ਮਾਰਦਾ, ਤੁਹਾਨੂੰ ਗਾਲਾਂ ਵੀ ਦਿੰਦਾ, ਅਤੇ ਪੰਜਾਬੀ ਕੀ ਕਰਦਾ ਹੈ, ਜੀ ਖਾਨ ਸਾਹਿਬ ਜੀ ਖਾਨ ਸਾਹਿਬ ਜੀ ਖਾਨ ਸਾਹਿਬ, ਬਸ ਉਹ ਇਸ ਤੋਂ ਅੱਗੇ ਹੱਥ ਨਹੀਂ। ਅਤੇ ਗੱਲ ਜਿਹੜੀ ਮੈਂ ਕਰ ਰਿਹਾ ਸੀ ਉਹ ਇਹੀ ਹੈ ਕਿ ਅਸੀਂ ਇਕੱਠੇ ਹੋਣ ਦਾ ਮਕਸਦ ਜਿਹੜਾ ਹੈ ਉਹ ਸਫ਼ਰਨਾਮਾ ਲਿਖਣਾ ਮੇਰਾ ਹਰਗਜ਼ ਮਕਸਦ ਨਹੀਂ ਸੀ। ਉਹਦੇ ਹੀ ਤਾਂ ਪੰਜਾਬੀ ਦੀ ਗੱਲ ਚੱਲ ਪਈ ਹੈ ਅਤੇ ਚਲੋ ਨਾਲ ਉਹਦੇ ਗੱਲ ਚੱਲ ਪਈ। ਮੇਰੇ ਆਉਣ ਦਾ ਇੱਥੇ ਮਕਸਦ ਜਿਹੜਾ ਹੈ ਕਿ ਦੇਖੋ ਜਦੋਂ ਵੀ ਕਿਸੇ ਵੀ ਕੌਮ ਦਾ ਮੈਂ ਮੇਰਾ ਮੰਨਣਾ ਹੈ ਜਾਂ ਮੇਰਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਪੰਜਾਬੀ ਤਾਂ ਮੁਸ਼ਕਲ ਹੈ, ਸਾਨੂੰ ਸਮਝ ਨਹੀਂ ਆਉਣ ਦਿੱਤੀ ਗਈ ਕਿ ਸਾਡੇ ਨਾਲ ਖੇਡ ਕੀ ਖੇਡੀ ਹੈ। ਸਾਡੀ ਧਰਤੀ ਜਿਹੜੀ ਹੈ ਇੱਕ ਸਾਈਡ ਤੋਂ ਅਤੇ ਜਿਹੜਾ ਫੈਕਟਰ ਇਹ ਹੈ ਉਹ ਕਹਿੰਦੇ ਵੀ ਸਾਨੂੰ ਕੋਈ 3-4 ਡੁਮੀਆਂ ਵੰਡ ਕੇ ਦੇ ਦੇ, ਅਸੀਂ ਨਵਾਂ ਸੂਬਾ ਬਣਾਉਣਾ। ਬਿਲਕੁਲ ਸਰ, ਨਾ ਤਾਂ ਉਹ ਤਾਂ ਸੂਬਾ ਨਹੀਂ ਹੈ, ਉਹ ਮਾਲਕੀ ਦੀ ਦਾਅਵੇਦਾਰੀ। ਬਿਲਕੁਲ ਐਗਜ਼ੈਕਟਲੀ, ਦੁਨੀਆ ਦੇ ਆਉਣ ਵਾਲਾ ਜਿਹੜਾ ਸਨੈਰੀਓ ਹੈ ਉਹਦੇ ਅੰਦਰ ਜਿਹੜਾ ਸੂਬਾ ਹੈ ਉਹ ਹਰ ਕੌਮ ਦਾ ਇੱਕ ਮੁਲਕ ਹੈ। ਪਾਕਿਸਤਾਨ ਕਾਇਮ ਰਹੇ, ਹਰ ਪੰਜਾਬੀ ਦੀ ਜਿਹੜਾ ਪੰਜਾਬ ਵਿੱਚ ਜਾਂਦਾ ਹੈ ਉਹਦੀ ਕੋਸ਼ਿਸ਼ ਇਹੀ ਹੁੰਦੀ ਹੈ, ਹਰ ਚੀਜ਼ 'ਤੇ ਕੰਪਰੋਮਾਈਜ਼ ਕਰ ਜਾਂਦਾ ਪਾਕਿਸਤਾਨ ਤਾਂ ਨਹੀਂ ਕਰਦਾ। ਸੋ ਮੇਰੀ ਵੀ ਇਹ ਹੈ, ਮੈਂ ਵੀ ਚਾਹੁੰਦਾ ਕਿ ਪਾਕਿਸਤਾਨ ਫਲੇ ਵਧੇ ਤਰੱਕੀ ਹੋਵੇ, ਲੇਕਿਨ ਐਜ਼ ਏ ਨੇਸ਼ਨ ਪੰਜਾਬ ਕਿੱਥੇ ਖੜਾ? ਪਠਾਣ ਦੇ ਅੱਜ ਵੀ ਪਾਕਿਸਤਾਨ ਦੇ ਅੰਦਰ ਵੀ ਆਪਣਾ ਸਾਰਾ ਕੁਝ ਲੈ ਕੇ ਬੈਠਾ, ਪੰਜਾਬੀਆਂ ਨੂੰ ਵੱਖਰੀਆਂ ਗਾਲਾਂ ਸਿਰਫ ਉਹ ਦਿੰਦਾ ਵੀ ਤੁਸੀਂ ਸਾਨੂੰ ਲੁੱਟ ਕੇ ਖਾਓਗੇ। ਇਹੀ ਚੀਜ਼ ਸਿੰਧੀਆਂ ਦੇ ਅੰਦਰ ਹੈ, ਸਿੰਧੀ ਵੀ ਸਾਨੂੰ ਕਹਿੰਦਾ ਕਿ ਤੁਸੀਂ ਸਾਨੂੰ ਲੁੱਟ ਕੇ ਖਾਓਗੇ, ਹਾਲਾਂਕਿ ਸਾਰਾ ਕੁਝ ਉਹ ਲੈ ਕੇ ਬੈਠਾ। ਜਿਹੜੀ ਕਿਸੇ ਕੌਮ ਨੂੰ ਕੋਈ ਮਜ਼ਬੂਤ ਬਣਾਉਂਦੀ ਹੈ, ਸਾਰੇ 2 ਪੁਲਾਂ 2 ਰੋਡ ਇਹ ਕੌਮੀ ਤਸ਼ਖਸ ਦੇ ਅੱਗੇ ਮਨ ਹੀ ਨਹੀਂ ਰੱਖਦਾ। ਸ਼ੇਖ ਲਤੀਫ ਸਿੰਧ ਦਾ ਬੱਚਾ ਬੱਚਾ ਪੜ੍ਹਦਾ, ਪ੍ਰਾਊਡ ਫੀਲ ਕਰਦਾ ਆਪਣੇ ਆਪ 'ਤੇ ਸਿੰਧ ਦੀ ਐਜੂਕੇਸ਼ਨ ਸਟਰਕਚਰ, ਅੱਜ ਉਹਨਾਂ ਦਾ ਬਿਹਤਰ ਹੋ ਜਾਵੇ ਐਜ਼ ਏ ਨੇਸ਼ਨ, ਉਹ ਸਾਡੇ ਤੋਂ ਬਹੁਤ ਬਿਹਤਰ ਹੋ ਜਾਵੇ। ਬਾਕੀ ਵੀ ਸਾਡੇ ਤੋਂ ਚਲੋ ਪਠਾਣਾ ਦਾ ਅਸੀਂ ਸੋਰੀ ਬਲੋਚਾਂ ਦਾ ਇੱਕ ਹੋਰ ਰੰਗ ਦੇ ਨਾਲ ਹੈ ਚੀਜ਼, ਉਹਨੂੰ ਅਸੀਂ ਦੇਖਦੇ ਹਾਂ। ਸੋ ਜਿਹੜਾ ਬੰਦਾ ਬਾਹਰ ਬੈਠੇ, ਯਕੀਨਨ ਤੁਸੀਂ ਪੈਸੇ ਕਮਾਉਣ ਹੀ ਆਏ ਹੋ, ਘਰਾਂ ਤੁਹਾਡੀ ਲੋੜ ਹੈ, ਸਾਰਾ ਕੁਛ ਹੈ, ਲੇਕਿਨ ਉੱਥੇ ਬੈਠੇ ਹੋਏ ਬੰਦੇ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ। ਮੈਂ ਪਿਛਲੇ 10 ਸਾਲ ਤੋਂ ਆਪਣੀ ਲਾਈਫ ਦਾ ਪੀਕ ਟਾਈਮ ਮੈਂ ਇਹਨਾਂ ਚੀਜ਼ਾਂ 'ਤੇ ਗੁਜ਼ਾਰਿਆ ਕਿ ਯਾਰ ਓਨ ਕਰੋ ਆਪਣੀ ਜ਼ਬਾਨ, ਆਪਣੀ ਜ਼ਬਾਨ ਦੇ ਅੰਦਰ ਹੀ ਤੁਹਾਡੀ ਤਾਰੀਖ ਹੈ, ਤੁਹਾਨੂੰ ਉਰਦੂ ਦੇ ਅੰਦਰ ਜਿਹੜੀ ਤਾਰੀਖ ਲਿਖ ਕੇ ਦਿੱਤੀ ਜਾਵੇ ਉਹ ਅਧੂਰੀ ਹੋਏਗੀ।
ਕਿਉਂਕਿ ਪੰਜਾਬੀ ਦੇ ਅੰਦਰ ਜਿਹੜਾ ਤੁਹਾਡਾ ਫੋਕ ਲਿਟਰੇਚਰ ਹੈ ਤੁਸੀਂ ਉਹ ਪੜ੍ਹੋਗੇ ਤਾਂ ਉਹਦੇ ਅੰਦਰ ਤੁਹਾਡੀ ਜਿਹੜੀ ਹੈ ਉਹ ਸਾਰੀ ਤਾਰੀਖ ਹੈ। ਹੁਣ ਸੁਖਵਿੰਦਰ ਸਿੰਘ ਖੜੇ ਮਤਲਬ ਬਾਬਰ ਬਾਣੀ ਗੁਰਬਾਣੀ ਦੇ ਅੰਦਰ ਜੀ ਆਇਆਂ ਨੂੰ ਸਰ ਗੁਰਬਾਣੀ ਦੇ ਅੰਦਰ ਜਿਹੜੀ ਬਾਬਰ ਬਾਣੀ ਹੈ ਉਹ ਪੰਜਾਬ ਦੀ ਤਾਰੀਖ ਹੈ। ਜਿਹੜੇ ਸਿੱਖ ਦੋਸਤ ਨੇ ਉਹਨਾਂ ਨੂੰ ਪਤਾ ਹੈ ਵੀ ਉਹਦੇ 'ਤੇ ਜਿਹੜਾ ਬਾਬਰ ਦੇ ਇੱਥੇ ਹਮਲਾ ਹੈ ਸਾਰਾ ਕੁਛ। ਇਸੇ ਤਰੀਕੇ ਨਾਲ ਬੁੱਲੇ ਸ਼ਾਹ ਦੀ ਸ਼ਾਇਰੀ ਜਿਹੜੀ ਹੈ ਉਹ ਆਪਣੇ ਵੇਲੇ ਦੀ ਇੱਕ ਤਾਰੀਖ ਹੈ। ਵਾਰਿਸ ਸ਼ਾਹ ਦਾ ਜਿਹੜਾ ਮੁਸ਼ਾਹਿਦਾ ਹੈ ਉਹ ਪੰਜਾਬ ਦੀ ਰੂਹ ਹੈ। ਹੁਣ ਉਹ ਤਾਂ ਸਾਡੇ ਕੋਲ ਕੱਢ ਦਿੱਤਾ ਗਿਆ, ਹੁਣ ਸਾਨੂੰ ਦਾਗ ਮੀਰ ਅਤੇ ਪਤਾ ਨਹੀਂ ਕੀ ਪੰਖੜੀ ਹੈ ਗੁਲਾਬ ਸੀ ਹੈ, ਮਤਲਬ ਉਹਦੇ ਅੰਦਰ ਨਰਗਸੀਅਤ ਪਾਈ ਗਈ। ਸਾਡੇ ਜਿਹੜੇ ਲੋਕ ਹੈ ਉਹਨਾਂ ਦੇ ਅੰਦਰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਨਾ ਔਰਤ ਨੂੰ ਇੱਕ ਫਰਦ ਦੇ ਤੌਰ 'ਤੇ ਨਹੀਂ ਦਿਖਾਇਆ ਗਿਆ, ਉਹਨੂੰ ਇੱਕ ਹੁਸਨ ਦੀ ਦੇਵੀ ਦਿਖਾਇਆ ਗਿਆ। ਇਹ ਬੁਨਿਆਦੀ ਤੌਰ 'ਤੇ ਕਲਚਰ ਸੀ, ਲਖਨਵੀ ਕਲਚਰ ਸੀ, ਕਿਉਂਕਿ ਲਖਨਊ ਦੇ ਅੰਦਰ ਪੂਰਾ ਉੱਥੇ ਗੋਰਾ ਆ ਕੇ ਬੈਠਾ ਸੀ, ਉਸ ਤੋਂ ਪਹਿਲੇ ਮੁਗਲ ਬੈਠੇ ਸੀ, ਸਾਰਾ ਕੁਝ ਆਇਆ ਸੀ। ਅਤੇ ਹਮੇਸ਼ਾ ਜਿਹੜੀ ਹੀਰਾ ਮੰਡੀ ਦਾ ਕਲਚਰ ਹੁੰਦਾ ਹੈ ਨਾ ਉਹ ਦੂਜਿਆਂ ਤੋਂ ਨੱਚਣਾ ਗਾਣਾ ਤੋਂ ਬਿਹਤਰ ਤੋਂ ਸਾਰਾ ਕੁਛ ਨਰਮੋ ਨਾਜ਼ੁਕ ਜਿਹਾ ਹੁੰਦਾ। ਸੋ ਸ਼ਾਇਦ ਜਿਹੜਾ ਹੈ ਨਾ ਉਹ ਇੱਥੇ ਸਾਨੂੰ ਉਹ ਪੜਾਇਆ ਗਿਆ ਜਿਹੜਾ ਉੱਥੇ ਉਹ ਹੀਰਾ ਮੰਡੀ ਦੇ ਅੰਦਰ ਨਾ ਤਾਰੀਫ ਕੀਤੀ ਜਾਂਦੀ ਸੀ। ਮੈਂ ਮਾਫ਼ੀ ਚਾਹੁੰਦਾ ਮੇਰੇ ਲਫ਼ਜ਼ ਥੋੜ੍ਹੇ ਜਿਹੇ ਇਸ ਤਰੀਕੇ ਦੇ ਸਖ਼ਤ ਹੋ ਜਾਂਦੇ। ਉਹਨੇ ਕੀ ਕੀਤਾ, ਪੰਜਾਬੀਆਂ ਦਾ ਦਿਮਾਗ ਹੀ ਬਰਬਾਦ ਕਰ ਦਿੱਤਾ। ਹੁਣ ਸਾਡਾ ਬੱਚਾ ਸੈਕਸੂਅਲੀ ਵੀ ਉਹ ਇੱਕ ਤੁਸੀਂ ਕਹੋ ਨਾ ਕਿ ਮਰੀਜ਼ ਹੈ, ਉਹ ਚੱਲਦਾ ਫਿਰਦਾ ਬਰੂਦ ਹੈ, ਮਜ਼ਹਬੀ ਹਵਾਲੇ ਦੇ ਨਾਲ ਵੀ ਉਹਨਾਂ ਨੂੰ ਮਜ਼ਹਬ ਦਾ ਕੱਖ ਪਤਾ ਨਹੀਂ ਹੈ, ਲੇਕਿਨ ਉਹ ਡਾਂਗ ਪੈਲੇ ਚੁੱਕ ਲੈ। ਠੀਕ ਹੈ, ਇਹ ਕਿਉਂ ਹੋਇਆ ਕਿ ਸਾਡੀ ਬੇਸ ਹੀ ਨਹੀਂ ਬਣੀ, ਸਾਨੂੰ ਰੂਟਸ ਤੋਂ ਕੱਟ ਦਿੱਤਾ ਗਿਆ। ਇੱਕ ਅੱਛਾ ਇਨਸਾਨ ਹੋਣ ਦੇ ਨਾਤੇ ਲੈਂਗੁਏਜ ਪੜ੍ਹਾਈ ਜਾਂਦੀ, ਅਸੀਂ ਚਲੋ ਬਾਬਾ ਫਰੀਦ ਨੂੰ ਪੜ੍ਹਦੇ, ਬੁੱਲੇ ਸ਼ਾਹ ਨੂੰ ਪੜ੍ਹਦੇ, ਸਮਝਦੇ, ਸਾਡੇ 'ਚ ਤਾਮਲ ਮਿਜ਼ਾਜੀ ਆਉਂਦੀ, ਸਾਡੇ 'ਚ ਨੈਸ਼ਨਲਿਜ਼ਮ ਜਿਹੜੀ ਹੈ ਜਾਂ ਧਰਤੀ ਨਾਲ ਮੁਹੱਬਤ। ਧਰਤੀ ਨਾਲ ਮੁਹੱਬਤ ਸਿਰਫ ਨਫ਼ਰਤ ਤਾਂ ਨਹੀਂ ਹੁੰਦੀ ਨਾ, ਤਸਬ ਤਾਂ ਨਹੀਂ ਹੁੰਦਾ, ਦੁਨੀਆਂ ਦਾ ਹਰ ਇਨਸਾਨ ਆਪਣੀ ਮਿੱਟੀ ਨਾਲ ਮੁਹੱਬਤ ਕਰਦਾ। ਲੇਕਿਨ ਸਾਨੂੰ ਇਹ ਸਿਖਾ ਦਿੱਤਾ ਗਿਆ ਕਿ ਤੁਸੀਂ ਜਿਹੜੇ ਦੂਸਰੀਆਂ ਕੌਮਾਂ ਦੇ ਨਾਲ ਮੁਹੱਬਤ ਕਰੋਗੇ ਤੁਸੀਂ ਬਹੁਤ ਅੱਛੇ ਇਨਸਾਨ ਹੋ, ਤੁਸੀਂ UPCP ਵਾਲੇ ਲੋਕਾਂ ਦੀ ਜ਼ਬਾਨ ਦੀ ਤਾਰੀਫ ਕਰੋ ਤੁਸੀਂ ਬਹੁਤ ਅੱਛੇ ਇਨਸਾਨ ਹੋ, ਅਤੇ ਤੁਸੀਂ ਬਾਕੀ ਜ਼ਬਾਨਾਂ ਦੀ ਤਾਰੀਫ ਕਰੋ ਬਹੁਤ। ਲੇਕਿਨ ਜਿੱਥੇ ਤੁਸੀਂ ਪੰਜਾਬੀ ਦੀ ਗੱਲ ਕਰੋਗੇ ਨਾ 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 ਯਾਰ ਇਹ ਤਾਂ ਤਸਬ, ਜਿੱਥੇ ਤੁਸੀਂ ਪੰਜਾਬ ਦੇ ਰਾਈਟਸ ਦੀ ਗੱਲ ਕਰਨਗੇ ਉਹ ਨਹੀਂ ਯਾਰ ਆਪਾਂ ਵੱਡੇ ਭਾਈ ਹਾਂ, ਛੋਟਾ ਭਾਈ ਜਿਹੜਾ ਨਾ ਉਹਨਾਂ ਦੇ ਹਕੂਕ ਦਾ ਖਿਆਲ ਰੱਖੋ ਅਤੇ ਆਪਣੀ ਖੈਰ ਹੈ। ਉਹ ਵੱਡੇ ਬਾਈ ਦੀ ਨਾ ਐਸੀ ਠੁੱਕੀ ਹੈ ਇਸ ਵੇਲੇ ਕਿ ਹੁਣ ਨਾ ਅੱਗੇ ਕੋਈ ਚੀਜ਼ ਨਜ਼ਰ ਆਉਂਦੀ ਅਤੇ ਨਾ ਕੁਛ ਹੱਲ ਹੁੰਦਾ। ਜਿਹੜਾ ਮੇਰੀ ਨਜ਼ਰ ਦੇ ਵਿੱਚ ਇੱਕ ਆਉਂਦਾ ਹੈ ਕਿ ਪੋਲੀਟੀਕਲ ਪਾਰਟੀ ਤਾਂ ਅਸੀਂ ਬਣਾ ਨਹੀਂ ਸਕਦੇ, ਕਿਉਂਕਿ ਸਨੈਰੀਓ ਦੇ ਅੰਦਰ ਪੋਲੀਟੀਕਲ ਪਾਰਟੀਜ਼ ਵੀ ਸਟੈਬਲਿਸ਼ਮੈਂਟ ਦੇ ਵਿੰਗਸ ਹੈ, ਉਹ ਚਾਹੇ ਕੋਈ ਵੱਡਾ ਵਿੰਗ ਹੈ ਚਾਹੇ ਕੋਈ ਛੋਟਾ ਵਿੰਗ ਹੈ। ਸਾਡੀ ਮੂਵਮੈਂਟ ਹਮੇਸ਼ਾ ਸੋਸ਼ੋ ਪੋਲੀਟੀਕਲੀ ਰਹੀ, ਅਸੀਂ ਕਲਚਰ ਐਕਟੀਵਿਟੀਜ਼ ਵੀ ਕਰਦੇ ਰਹੇ, ਯੂਨੀਵਰਸਿਟੀਜ਼ ਦੇ ਅੰਦਰ ਵੀ ਸਾਡੀ ਕੋਸ਼ਿਸ਼ ਇਹ ਰਹੀ ਕਿ ਲੋਕਾਂ ਨੂੰ ਦੱਸਿਆ ਜਾਵੇ, ਪੰਜਾਬ ਕੌਂਸਲਾਂ ਵੀ ਬਣ ਗਈਆਂ, ਕੋਰਟਸ ਦੇ ਅੰਦਰ ਵੀ ਗਏ ਉੱਥੇ ਬੋਲੀ ਦੇ ਸਵਾਲ ਨੂੰ ਲੈ ਕੇ ਕਿ ਯਾਰ ਅਗਰ ਪੂਰੀ ਦੁਨੀਆ ਆਪਣੀ ਜ਼ਬਾਨਾਂ ਪੜ੍ਹਦੀ ਹੈ ਅਤੇ ਕੋਰਟ ਸਾਨੂੰ ਦੱਸ ਦੇਵੇ, ਹਾਈ ਕੋਰਟ ਦੱਸ ਦੇਵੇ ਸਾਡਾ ਜਿਹੜੀ ਡਿਮਾਂਡ ਹੈ ਅਗਰ ਉਹ ਗਲਤ ਹੈ ਅਸੀਂ ਕੋਰਟ ਤੋਂ ਫੈਸਲੇ ਲੈ ਲੈਂਦੇ। ਸੋ ਮੇਰੀ ਰਿੰਟ ਪਟੀਸ਼ਨ 'ਤੇ ਕੋਰਟ ਨੇ ਸਾਡੇ ਹੱਕ ਦੇ ਵਿੱਚੋਂ ਫੈਸਲਾ ਦਿੱਤਾ 2019 ਦਾ ਕਿ ਪੰਜਾਬ ਅਸੈਂਬਲੀ ਕੋਈ ਬਿਹਤਰ ਕਾਨੂੰਨ ਸਾਜ਼ੀ ਕਰੇ, ਲਾਅ ਮੇਕਿੰਗ ਕਰੇ, ਔਰ ਉਸ ਤੋਂ ਬਾਅਦ ਪੰਜਾਬੀ ਨੂੰ ਪੜ੍ਹਾ, ਨਹੀਂ ਪੜ੍ਹਾਈ ਜਾ ਰਹੀ। ਮਹਾਰਾਜ ਜੀ ਇਹ ਬਹਿਰੀਨ ਦੀ ਕਣਕ 'ਚ ਹੀ ਆ ਕਣਕ ਜੀ, ਮੈਨੂੰ ਵੀ ਮਿਲੀ, ਬਿਲਕੁਲ ਜੀ ਬਿਲਕੁਲ। ਪਹਿਲੇ ਆਪਾਂ ਪੀ ਕੇ ਆਏ ਆ ਬਹਿਰੀਨੀ ਚਾਹ, ਬਹਿਰੀਨੀ ਚਾਹ ਪੀਆਂ ਕੋਲੋਂ, ਤੇ ਹੁਣ ਕਣਕ ਟੀ ਹੋ ਗਈ ਤੁਹਾਡੇ ਲਈ, ਤੇ ਹੁਣ ਕਣਕ ਟੀ ਆ ਜਿਹੜੀ ਤੇ ਨਾਲ ਦੁੱਧ ਵਾਲੀ, ਦੁੱਧ ਵਾਲੀ ਦੇ ਨਾਲ ਫਲਾਫੇ ਲਿਆ, ਫਨਾਫਿਲ ਜੀ, ਫਲਾਫਿਲ ਸ਼ੋਰਮੇਰ ਦਾ ਜੀ, ਹਾਂ ਜੀ ਬਸ ਬਸ ਜੀ ਸ਼ੋਰਮੇਰ ਦਾ ਫਨਾਫਿਲ ਕਹਿੰਦੇ ਨਹੀਂ, ਮੈਂ ਕਹਿੰਦਾ ਫਨਾਫਿਲ, ਫਨਾਫਿਲ ਜਿੰਨੀ ਰੋਟੀ ਦੁਪਹਿਰੇ ਖਾਂਦੇ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਫਨਾਫਿਲ। ਚਲੋ ਕੋਈ ਨਹੀਂ ਜੀ, ਖਾਂਦੇ ਪੀਂਦੇ ਰਹੀਦਾ ਕੋਈ ਮਸਲਾ ਨਹੀਂ, ਦੋ ਦਿਨ ਜਾ ਕੇ ਐਕਸਰਸਾਈਜ਼ ਕਰ ਲਿਓ
ਫਿਰ ਕਹੋਗੇ ਭਾਈ ਖਲਾਇਆ ਬਣਾਇਆ ਕੁਛ ਨਹੀਂ ਸਾਨੂੰ ਇਹ ਲੱਗਦਾ ਨਾਟਕੇ ਆਏ ਆ ਚਲੋ ਸਹੀ ਆ ਸਹੀ ਆ ਚਲੋ ਜੀ ਖਾਓ ਤੇ ਦੱਸੋ ਕੀ ਟੇਸਟ ਆ ਇੰਜੋਏ ਕਰੋ ਜੀ